पंजाब की भगवंत मान सरकार अपने चुनावी वादों को पूरा करने में जुटी हुई है दरअसल पंजाब सरकार ने सत्ता में आने से पहले वादा किया था कि जो भी कच्चे अध्यापक होंगे उन्हें पक्का किया जाएगा जो पंजाब सरकार ने अब पूरा कर दिया है आपको बता दें कि पंजाब सरकार ने 8000 से ज्यादा मुलाजिमों को पक्का किया है जिसके लिए मुलाजिमों ने सीएम मान का आभार जताया ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਦੇ ਪਰ ਇੱਕ ਵੱਡਾ ਤੋਹਫਾ ਜਿਹੜਾ ਅਧਿਆਪਕਾਂ ਨੂੰ ਦਿੱਤਾ ਗਿਆ ਸੀ ਕਈ ਸਰਕਾਰਾਂ ਹੰਢਾਈਆਂ ਕਿਸੇ ਨੂੰ 15 ਸਾਲ ਹੋ ਗਏ ਤੇ ਕਿਸੇ ਨੂੰ 18 ਸਾਲ ਹੋ ਗਏ ਸੀ ਜਦੋ ਜਹਿਦ ਕਰਦੇ ਹੋਏ ਧਰਨੇ ਮੁਜ਼ਾਰੇ ਬڑے ਲਗਾਏ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਜੋ ਦਾਵਾ ਵਾਦਾ ਕੀਤਾ ਸੀ ਸਰਕਾਰ ਨੇ ਪੱਕਾ ਕਰਦੇ ਹੋਏ 8736 ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਅੱਜ ਜੋ ਸਾਰੇ ਮੁਲਾਜ਼ਮ ਅਧਿਆਪਕ ਇੱਥੇ ਪਹੁੰਚੇ ਨੇ ਪੰਜਾਬ ਭਵਨ ਵਿਖੇ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਸੀਐਮ ਵੱਲੋਂ ਸੱਦਾ ਦਿੱਤਾ ਗਿਆ ਸੀ ਧੰਨਵਾਦ ਦਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਭਵਨ ਦੇ ਬਾਹਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੈਡਮ ਤੁਹਾਡੇ ਤੋਂ ਸ਼ੁਰੂਆਤ ਕਰਦੇ ਕਿੰਨੇ ਸਾਲ ਹੋ ਗਏ ਸੀ ਤੁਹਾਨੂੰ ਕਿੰਨੇ ਸਾਲ ਬਾਅਦ ਤੁਸੀਂ ਅੱਜ ਪੱਕੇ ਹੋਏ 14 ਸਾਲ ਬਾਅਦ ਮੈਡਮ ਅਸੀਂ ਪੱਕੇ ਹੋਏ ਆ 14 ਸਾਲ ਸਾਡਾ ਪਹਿਲਾ ਅਖਾਲੀਆਂ ਨੇ ਸ਼ੋਸ਼ਣ ਕੀਤਾ ਫਿਰ ਕਾਂਗਰਸੀਆਂ ਨੇ ਸ਼ੋਸ਼ਣ ਕੀਤਾ ਵਾਅਦੇ ਕੀਤੇ ਵਾਅਦਿਆਂ ਤੋਂ ਮੁਕਰੇ ਤੇ ਸੰਘਰਸ਼ ਕਰਦੇ ਰਹੇ ਪਰ ਅਸੀਂ ਸੰਘਰਸ਼ ਕਰਨਾ ਨਹੀਂ ਛੱਡਿਆ ਤੇ ਫਿਰ ਸਾਨੂੰ ਇੱਕ ਹੋਪ ਜਾਗੀ ਕਿ ਆਪ ਸਰਕਾਰ ਸਾਡੇ ਵਾਸਤੇ ਕੁਝ ਨਾ ਕੁਝ ਨਵਾਂ ਲੈ ਕੇ ਆਉਗੀ ਉਹਨਾਂ ਨੇ ਸਾਡੇ ਨਾਲ ਆ ਕੇ ਵਾਅਦਾ ਕੀਤਾ ਸੀਗਾ ਅਸੀਂ ਫਿਰ ਵਿਸ਼ਵਾਸ ਕੀਤਾ ਤੇ ਉਹਨਾਂ ਦੀ ਸਰਕਾਰ ਆਈ ਤੇ ਉਸ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮੈਮ ਤੁਹਾਡੇ ਕੋਲ ਜ਼ਰੂਰ ਜਾਣਾ ਚਾਹਵਾਂਗੇ ਕਿ ਕਿੰਨੇ ਸਾਲ ਹੋ ਗਏ ਸੀ ਜਿਵੇਂ ਮੈਮ ਨੇ ਬੋਲੇ ਕਿ 14 ਸਾਲ ਬਾਅਦ ਮੈਂ ਪੱਕੇ ਹੋਏ ਸਰਕਾਰਾਂ ਆਉਂਦੀਆਂ ਸੀ ਵਾਦਾ ਕਰਕੇ ਫਿਰ 5 ਸਾਲ ਉਹ ਵਾਦੇ ਖਤਮ ਹੋ ਜਾਂਦੇ ਸੀ 5 ਸਾਲ ਜਿਵੇਂ ਸੱਤ ਸਰਕਾਰ ਆਂਦੀ ਸੀ ਲੇਕਿਨ ਇਹ ਸਰਕਾਰ ਨੇ ਮਹਿਸ 5 ਮਹੀਨੇ ਦੇ ਅੰਦਰ ਅਧਿਆਪਕਾਂ ਨੂੰ ਪੱਕਾ ਕੀਤਾ ਜੋ ਕਿ ਹਮੇਸ਼ਾ 5 ਸਾਲ ਬਾਅਦ ਆਖਰੀ ਸਮੇਂ ਸੇਵੀਕਾ ਨੋਟੀਫਿਕੇਸ਼ਨ ਹੁੰਦਾ ਸੀ ਹਾਂਜੀ ਮੈਮ ਅਸੀਂ ਆਪ ਸਰਕਾਰ ਦਾ ਸਰ ਸਾਨੂੰ 14 ਸਾਲ ਹੋ ਗਏ ਮੈਡਮ ਇਹ ਸੰਤਾਪ ਭੋਗਦੇ ਨੂੰ ਅਸੀਂ ਅਕਾਲੀਆਂ ਦੀ ਸਰਕਾਰਾਂ ਵਿੱਚ ਵੀ ਧਰਨੇ ਸਾਰੇ ਮਾਰਿਆ ਕੀਤੇ ਆਂ ਵਾਅਦੇ ਦੇ ਸਰਕਾਰ ਉਹਦੇ ਚ ਸਾਰਿਆਂ ਦੇ ਉਹਦੇ ਚ ਕੀਤਾ ਪਰ ਸਾਨੂੰ ਕੋਈ ਮਤਲਬ ਵਾਅਦੇ ਦੇ ਮੁਕਰੇ ਗਏ ਸਾਰੇ ਵਾਅਦੇ ਮੁਕਰੇ ਆ ਪਰ ਹੁਣ ਸਾਨੂੰ ਆਪ ਸਰਕਾਰ ਤੇ ਵਿਸ਼ਵਾਸ ਸੀਗਾ ਕਿ ਵੀ ਇਹ ਆਂਦੇ ਹੀ ਸਾਡਾ ਕੁਝ ਹੱਲ ਕਰਨਗੇ ਤੇ ਵਾਕਈ ਉਹਨਾਂ ਨੇ 5 ਮਹੀਨਿਆਂ ਚ ਬਹੁਤ ਕੁਝ ਕਰਕੇ ਦਿਖਾਇਆ ਤੇ ਅਸੀਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਵੀ ਸਾਡਾ ਜਿਹੜਾ ਹੈਗਾ ਸ਼ੋਸ਼ਣ ਹੁਣ ਬੰਦ ਹੋਇਆ ਹੈਗਾ ਤੇ ਅਸੀਂ ਬਹੁਤ ਖੁਸ਼ ਹਾਂ ਆਪ ਸਰਕਾਰ ਤੋਂ ਤੇ ਸੋ ਆਪ ਸਰਕਾਰ ਤੋਂ ਖੁਸ਼ੀ ਹੈ ਅਜਮਿਰ ਜੀ ਤੁਹਾਡੇ ਕੋਲ ਜਾਨਣਾ ਚਾਹਾਂਗੇ ਹਾਲਾਂਕਿ ਧੰਨਵਾਦ ਕਰਨਾ ਸਰਕਾਰ ਦਾ ਪਹੁੰਚੇ ਹੋ ਸਿਸਟਮ ਦੇ ਵਿੱਚ ਵੀ ਬਦਲਾਅ ਹੁਣ ਕਹਿ ਰਹੇ ਕਿ ਟੀਚਰਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾਏਗਾ ਸਪੈਸ਼ਲ ਟ੍ਰੇਨਿੰਗ ਦੇ ਲਈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜਾਨਣਾ ਚਾਹਾਂ ਕਿ ਕਿੰਨੇ ਸਾਲ ਬਾਅਦ ਤੁਸੀਂ ਪੱਕੇ ਮੈਡਮ ਸਾਨੂੰ ਲੱਗਿਆਂ ਨੂੰ 14 ਸਾਲ ਹੋ ਗਏ ਹੈਂ ਕਰੀਬ ਤੇ ਸਾਡੀ ਸਟਾਰਟਿੰਗ 2014 ਤੋਂ ਹੋਈ ਸੀਗੀ ਤੇ ਅਸੀਂ 2008 ਤੱਕ ਜਿਹੜੀ ਸਾਡੀ ਅਪੁਆਇੰਟਮੈਂਟ ਹੋਈ ਤੇ ਅਸੀਂ ਆਲਰੇਡੀ ਐਮਏ ਬੀਐਡ ਸੀਗੇ ਸਾਰੇ ਟ੍ਰੇਨਡ ਸੀ ਅਧਿਆਪਕ ਤੋ ਜੋ ਗਾਈਡਲਾਈਨਸ ਪੰਜਾਬ ਗਵਰਨਮੈਂਟ ਨੇ ਉਸ ਸਮੇਂ ਬਣਾਈਆਂ ਉਹਨਾਂ ਗਾਈਡਲਾਈਨਸ ਨੂੰ ਫੋਲੋ ਕਰਕੇ ਅਸੀਂ ਜੁਆਇਨ ਹੋਏ ਸਕੂਲਾਂ 'ਚ ਤੇ ਅਸੀਂ ਲਗਾਤਾਰ ਉਦੋਂ ਤੋਂ ਲੈ ਕੇ ਜਦੋਂ ਤੋਂ ਲੱਗੇ ਆ ਅਕੈਡਮਿਕ ਨਾਨ ਅਕੈਡਮਿਕ ਸਾਰੇ ਕੰਮ ਕੀਤੇ ਤਨਦੇਹੀ ਨਾਲ ਕੀਤੇ ਬਟ ਜਦੋਂ ਵੀ ਅਸੀਂ ਪੰਜਾਬ ਗਵਰਨਮੈਂਟ ਅੱਗੇ ਇੱਕ ਐਸੋਸੀਏਸ਼ਨ ਦੇ ਰੂਪ ਦੇ ਵਿੱਚ ਮਿਲਣ ਆਉਂਦੇ ਤਾਂ ਸਾਨੂੰ ਮਿਲਦੇ ਨਹੀਂ ਸੀ ਹੁੰਦੇ ਉਸ ਤੋਂ ਬਾਅਦ ਜੇ ਅਗਰ ਮਿਲ ਵੀ ਜਾਂਦੇ ਪ੍ਰੈਸ਼ਰ ਗਰੁੱਪ ਰਾਹੀਂ ਬਹੁਤ ਜ਼ੋਰ ਪਾਉਣ ਤੋਂ ਬਾਅਦ ਰੋਸ ਰੈਲੀਆਂ ਮਜਾਰੇ ਕੁੱਟਖਾਨ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ ਨਾਲ ਵਾਅਦਾ ਕਰ ਲੈਣਾ ਜਾਂ ਲਾਰਾ ਲਾ ਦੇਣਾ ਜਾਂ ਅਸੀਂ ਕਰ ਦਿਆਂਗੇ ਐਵੇਂ ਹੀ 14 ਸਾਲ ਟੱਪਿਆ ਤੇ 14 ਸਾਲ ਟੱਪਣ ਤੋਂ ਬਾਅਦ ਇਹ ਲਾਸਟ ਜਦੋਂ ਹੁਣ ਵਿਧਾਨ ਸਭਾ ਦਾ ਇਲੈਕਸ਼ਨ ਸੀਗਾ ਉਦੋਂ 27 ਨਵੰਬਰ 2021 ਨੂੰ ਇਹ ਸ਼੍ਰੀ ਕੇਜਰੀਵਾਲ ਜੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਤੇ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਧਰਨੇ ਦੇ ਵਿੱਚ ਆ ਕੇ ਵਾਅਦਾ ਕਰਕੇ ਗਏ ਕਿ ਵੀ ਸਾਨੂੰ ਮੌਕਾ ਦਿਓ ਇੱਕ ਮੌਕਾ ਦਿਓ ਅਸੀਂ ਆਉਂਦੇ ਹੀ ਤੁਹਾਨੂੰ ਪੱਕੇ ਕਰਾਂਗੇ ਸੋ ਅਸੀਂ ਇਹਨਾਂ ਨੂੰ ਮੌਕਾ ਦਿੱਤਾ ਡਟ ਕੇ ਮੌਕਾ ਦਿੱਤਾ ਡਟ ਕੇ ਵੋਟਾਂ ਪਾਈਆਂ ਸਾਨੂੰ ਉਸ ਤੋਂ ਬਾਅਦ ਇੱਕ ਸਮਾਂ ਇਹ ਵੀ ਲੱਗਿਆ ਸੀ ਵੀ ਇਹ ਵੀ ਉਹਨਾਂ ਵਰਗੇ ਨੇ ਪਰ ਕੁਝ ਸਮਾਂ ਸੈਟਲਮੈਂਟ ਕਰਨ ਤੋਂ ਬਾਅਦ ਕਿਉਂਕਿ ਨਵੀਂ ਸਰਕਾਰ ਸੀਗੀ ਤਾਂ ਸਾਰੀ ਸਿਸਟਮ ਸੈੱਟ ਕਰਨ ਤੋਂ ਬਾਅਦ ਇਹਨਾਂ ਨੇ ਜਿੱਥੇ ਹੋਰ ਪੰਜਾਬ ਦੇ ਅੱਛੇ-ਅੱਛੇ ਕੰਮ ਵਧੀਆ ਮੁੱਦਿਆਂ ਦੇ ਉੱਤੇ ਕੀਤੇ ਇਸ ਸਰਕਾਰ ਨੇ ਤੇ ਸਾਡਾ ਵੀ ਜਿਹੜਾ ਅਧਿਆਪਕਾਂ ਦਾ ਕੰਮ ਹੈ ਕਰੀਬ 6500 ਅਧਿਆਪਕ ਜਿਹੜੇ ਉਹਨਾਂ ਨੇ ਰੈਗੂਲਰ ਕੀਤੇ ਤੇ ਇਸ ਤੋਂ ਇਲਾਵਾ 8700 ਸਮਥਿੰਗ ਸਾਰੇ ਹੈਗੇ ਜਿਦੇ ਵਿੱਚ ਨਾਨ ਟੀਚਿੰਗ ਵੀ ਕੁਝ ਮੁਲਾਜ਼ਮਾ ਜਿਹੜੇ ਉਹ ਪੱਕੇ ਹੋਏ ਆ ਤੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾ ਸਾਡਾ ਕੰਮ ਇਹਨਾਂ ਨੇ ਗਵਰਨਮੈਂਟ ਨੇ ਕੀਤਾ ਹੈ ਨੋਟੀਫਿਕੇਸ਼ਨ ਵੀ ਨੈਕਸਟ ਜਲਦੀ ਆ ਰਿਹਾ ਹੈ ਇਸ ਤੋਂ ਬਾਅਦ ਅੱਗੇ ਇਹ ਵੀ ਉਮੀਦ ਕਰਦੇ ਆ ਵੀ ਜਲਦੀ ਸਾਨੂੰ ਜੁਆਇਨ ਕਰਾ ਦੇਣਾ ਤੇ ਜਿੰਨਾ ਸਾਡਾ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਸਾਡੇ ਸਿੱਖਿਆ ਮੰਤਰੀ ਜੀ ਨੇ ਸਪੈਸ਼ਲ ਫੋਕਸ ਕਰਕੇ ਸਿੱਖਿਆ ਦੇ ਉੱਤੇ ਤੇ ਸਾਡੀ ਪੀੜਤ ਧਰ ਨੂੰ ਪਹਿਲਾ ਚੱਕਿਆ ਤੇ ਸਾਡਾ ਹੱਲ ਕੀਤਾ ਅਸੀਂ ਤੈਹ ਦਿਨੋਂ ਸ਼ੁਕਰਗੁਜ਼ਾਰ ਆ ਪੂਰੇ 6500 ਦੇ ਹਵਕਾਂ ਦੇ ਪਰਿਵਾਰਾਂ ਦੇ ਵਿੱਚੋਂ ਇਹਦੇ ਨਾਲ ਹੀ ਅਸੀਂ ਇਹ ਉਮੀਦ ਰੱਖਦੇ ਹਾਂ ਜਿੰਨਾ ਕੰਮ ਸਾਡਾ ਹੋ ਗਿਆ ਵੈਲਨਕੋਟ ਜਿਹੜਾ ਰਹਿ ਗਿਆ ਸਾਡਾ ਕੰਮ ਉਹ ਵੀ ਜਲਦੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਹੋ ਜਾਵੇ ਤੁਹਾਡੇ ਕੋਲ ਜਾਨਣਾ ਚਾਹਾਂਗੇ ਸਰਕਾਰ ਕਹਿ ਰਹੀ ਸੀ ਟ੍ਰੇਨਿੰਗਸ ਦੇ ਲਈ ਵੀ ਹੁਣ ਜਾਵਾਂਗੇ ਅੱਗੇ ਅਸੀਂ ਟ੍ਰੇਨਿੰਗ ਲਈ ਸਟੇ ਟੀਚਰਸ ਨੂੰ ਬਾਹਰ ਭੇਜਣਗੇ ਇਸੇ ਸਿੱਖਿਆ ਪੱਧਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਹੇ ਹਾਂ ਉਸ ਨੂੰ ਤੁਸੀਂ ਕਿਵੇਂ ਉਸ ਤੋਂ ਲੈ ਦੇਖਦੇ ਜਿਸ ਤਰ੍ਹਾਂ ਜਦੋਂ ਦਾ ਵੀ ਨਵੇਂ ਸਰਦਾਰ ਬੈਂਸ ਸਾਹਿਬ ਜੀ ਨੇ ਸਿੱਖਿਆ ਮੰਤਰੀ ਜਦੋਂ ਦਾ ਵੀ ਇਹ ਅਹੁਦਾ ਸੰਭਾਲਿਆ ਵਾ ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਇਹ ਸਿੱਖਿਆ ਭਾਗ ਦੀ ਜਾਣਕਾਰੀ ਲਈ ਵੀ ਇਹਦਾ ਸੁਧਾਰ ਕਿੱਥੋਂ ਹੋਊਗਾ ਤਾਂ ਉਹਨਾਂ ਨੇ ਕਿਹਾ ਜਿੰਨਾ ਚਿਰ ਇਹ ਵਿਭਾਗ ਦੀ ਰੀੜ ਦੀ ਹੱਡੀ ਮੈਂ ਅਧਿਆਪਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਨਹੀਂ ਕਰਾਂਗਾ ਉਹਨਾਂ ਦਾ ਮਾਨਸਿਕ ਤੌਰ ਤੇ ਮਜ਼ਬੂਤ ਭਗ ਦਾ ਸੁਧਾਰ ਨਹੀਂ ਕਰ ਸਕਦਾ ਜੀ ਇਸ ਕਰਕੇ ਉਹਨੇ ਸਭ ਤੋਂ ਪਹਿਲਾਂ ਜਿਹੜੇ ਕੱਚੇ ਅਧਿਆਪਕ ਨੇ ਸਾਡੇ ਸਕੂਲਾਂ ਦੇ ਵਿੱਚ 13000 ਇਹ ਕੰਮ ਕਰਦੇ ਸੀ ਤੇ ਕੱਚੇ ਦਫ਼ਤਰੀ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਡਾਟਾ ਖੋਖਿਆ ਤਾਂ ਜਿਹੜੀ 10 ਸਾਲਾਂ ਪਾਲਿਸੀ 2016 ਤੋਂ ਲਗਾਤਾਰ ਸਮੇਂ ਦੀਆਂ ਸਰਕਾਰਾਂ ਤੋਂ ਫਸੀ ਆ ਰਹੀ ਸੀ ਉਹਦੇ ਤੇ 2 ਮਹੀਨੇ ਲਗਾਤਾਰ ਕੰਮ ਕੀਤਾ ਸਾਡੇ ਨਾਲ ਵੀ ਚਾਰ ਵਾਰੀ ਮੀਟਿੰਗ ਹੋਈ ਅਸੀਂ ਵੀ ਹਿਮਾਚਲ ਤੋਂ ਜਾ ਕੇ ਦਿੱਲੀ ਤੋਂ ਜਾ ਕੇ ਰਾਜਸਥਾਨ ਤੋਂ ਜਾ ਕੇ ਇਹਨਾਂ ਪਾਲਿਸੀਆਂ ਲੈ ਕੇ ਆਂਦੀਆਂ ਪਾਲਿਸੀਆਂ ਜਦੋਂ ਲਿਆਦੀਆਂ ਜਵਿੰਦਰ ਮੌਰ ਨੇਗੀ ਦੀ ਜੱਜਮੈਂਟ ਹੋ ਗਈ ਜਾਂ ਹੋਰ ਅਦਰ ਜੱਜਮੈਂਟ ਹੋ ਗਈਆਂ ਉਹਮਾ ਦੇਵੀ ਦੀ ਜੱਜਮੈਂਟ ਨੂੰ ਜਿਹੜੀਆਂ ਉਹਦੇ ਤੋਂ ਹੀ ਬੈਸਟ ਜੱਜਮੈਂਟ 2020 ਚ ਆਈਆਂ ਉਹਨਾਂ ਨੂੰ ਜਦੋਂ ਲਿਆ ਕੇ ਅਸੀਂ ਸਰਕਾਰ ਦੇ ਨਾਲ ਬੈਠਕਾਂ ਕੀਤੀਆਂ ਤੇ ਸਰਕਾਰ ਨੇ ਬਹੁਤ ਵਧੀਆ ਢੰਗ ਦੇ ਨਾਲ ਪਾਲਿਸੀ ਬਣਾ ਕੇ ਸਾਰੇ 52 ਭਾਗਾਂ ਨੂੰ ਜਿਹੜੀ ਪਾਲਿਸੀ ਹੈ ਜਿਹੜੀ ਉਹ ਪਾਰਲਮੈਂਟ ਚੋਂ ਪਾਸ ਕਰਕੇ ਉਹਨਾਂ ਨੂੰ ਦੇ ਦਿੱਤੀ ਗਈ ਆ 10 ਸਾਲ ਪੂਰੇ ਕਰਦੇ 25000 ਤੋਂ ਵੱਧ ਮੁਲਾਜ਼ਮ ਪੰਜਾਬ ਦੇ ਜਿੰਨੇ ਵੀ 10 ਸਾਲ ਲਗਾਤਾਰ ਕੰਟੀਨਿਊ ਕੰਮ ਕਰਦੇ ਸੀ ਇੱਕ ਵੀ ਮੁਲਾਜ਼ਮ ਪੰਜਾਬ ਦੇ ਵਿੱਚ ਜਿਹੜਾ ਨਹੀਂ ਰਹੂਗਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਰੈਗੂਲਰ ਹੋ ਜਾਣਗੇ ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਵਿੱਚ ਕੋਈ 6 ਸਾਲ ਕੋਈ 7 ਸਾਲ ਕੋਈ 8 ਸਾਲ ਜਿਹਨੇ ਸਾਡੇ ਭਾਗ ਚ ਵੀ ਕੋਈ 8 ਸਾਲ ਪੂਰੇ ਕਰਨ ਵਾਲੇ ਸਾਥੀ ਅਜੇ ਕੱਚੇ ਨੇ ਤਾਂ ਸਰਕਾਰ ਨੇ ਉਹਦੇ ਲਈ ਵੀ ਇੱਕ ਟੀਮ ਵੱਖ-ਵੱਖ ਭਾਗਾਂ ਨੂੰ ਫ੍ਰੀ ਹੈਂਡ ਕਰਤਾ ਕਿ ਤੁਸੀਂ ਆਪਣੇ ਆਧਾਰ ਤੇ ਜਿੱਥੇ ਤੁਸੀਂ ਪੋਸਟ ਤੇ ਕੰਮ ਲੈਣਾ ਚਾਹੁੰਦੇ ਹੋ ਜਿੰਨੀ ਤੁਹਾਡੀ ਗਿਣਤੀ ਹੈ ਤੁਸੀਂ ਉਹਦਾ ਅੰਕੜੇ ਬਣਾ ਕੇ ਉਹਦੇ ਲਈ ਸਾਰਾ ਪ੍ਰਬੰਧ ਕਰਕੇ ਸਾਨੂੰ ਇਸ ਸਾਲ 2022 ਦੇ ਅੰਦਰ ਅੰਦਰ ਸਾਨੂੰ ਡਾਟਾ ਦਿਓ ਸਟੈਪ ਵਾਈਜ਼ ਸਟੈਪ ਅਸੀਂ ਫੰਡ ਦਾ ਪ੍ਰਬੰਧ ਕਰਕੇ ਸਾਰੇ ਮੁਲਾਜ਼ਮਾਂ ਨੂੰ 60000 ਨੂੰ ਅਸੀਂ ਰੈਗੂਲਰ ਕਰਨਾ ਹੀ ਕਰਨਾ ਹੈ ਜੀ ਜੀ ਸੋ ਇਹ ਸਾਰੇ ਅਧਿਆਪਕ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਸਰਕਾਰ ਵੱਲੋਂ ਪੱਕਾ ਜ਼ਰੂਰ ਕੀਤਾ ਗਿਆ ਹੈ ਧੰਨਵਾਦ ਕੀਤਾ ਲੇਕਿਨ ਇਹ ਉਹ ਅਧਿਆਪਕ ਜਿਨ੍ਹਾਂ ਨੇ ਕਈ ਸਰਕਾਰਾਂ ਤੇ ਹੰਡਾਈਆਂ ਲੇਕਿਨ ਅੱਜ ਫਾਈਨਲੀ ਦਨੂੰ ਪੱਕਾ ਕੀਤਾ ਗਿਆ ਤੇ ਮਾਨ ਸਰਕਾਰ ਦਾ ਧੰਨਵਾਦ ਕਰਨ ਲਈ ਪਹੁੰਚੇ ਸੀ ਕੈਮਰਾਮੈਨ ਵਿਨੋਦ ਦੇ ਨਾਲ ਚੰਡੀਗੜ੍ਹ ਤੋਂ ਮਨਪ੍ਰੀਤ ਕਰ